ਇਹ ਕਿਸਾਨੀ ਮੁੱਦਿਆਂ ਦੀ ਗੱਲ ਕੀਤੀ ਵੀ ਚੱਲਦਾ ਪਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇ ਕੱਲ ਨੂੰ ਮਤਲਬ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤੇ ਤੁਹਾਡਾ ਉਹਦੇ 'ਚ ਕੀ ਹੋਊਗਾ ਵਤੀਰਾ ਜਿਹੜਾ ਲਾਗੂ ਕਰਨ ਵਾਲਾ ਸਿਸਟਮ ਆ ਜੇ ਰਾਜ ਸਰਕਾਰਾਂ ਲਾਗੂ ਕਰਦੀਆਂ ਹੁੰਦੀਆਂ ਤੇ ਫਿਰ ਤੇ ਮੋਦੀ ਮੂਹਰੇ ਹੱਥ ਫਲਾਉਣ ਫਿਰ ਤਾਂ ਆਪਾਂ ਕੈਪਟਨ ਦੀ ਕੋਠੀ ਮੂਹਰੇ ਬੈਠੇ ਹੋਣਾ ਸੀ ਨਾ ਇਹ ਜਿਹੜਾ ਸਾਰਾ ਕੁਛ ਹੱਥ 'ਚ ਮੋਦੀ ਦੇ ਹੱਥ 'ਚ ਆ ਜਿਹੜੀ ਦਿੱਲੀ ਸਰਕਾਰ ਹੈ ਉਹ ਸਿਰਫ ਕਾਨੂੰਨ ਨਹੀਂ ਫਾੜ ਰਹੀ ਦਿੱਲੀ ਸਰਕਾਰ ਹਰ ਤਰੀਕੇ ਦੀ ਸਹੂਲਤ ਵੀ ਉੱਥੇ ਦੇ ਰਹੀ ਆ ਰੋਜ਼ ਆਵਾਜ਼ ਚੱਕਦੀ ਆ ਆਪੋਜੀਸ਼ਨ ਦੇ ਵਿੱਚ ਰਹਿ ਕੇ ਜਿੰਨਾ ਕੇਜਰੀਵਾਲ ਸਰਕਾਰ ਕਰ ਸਕਦੀ ਆ ਕਰ ਰਹੀ ਹੈ ਦਿੱਲੀ ਦੇ ਵਿੱਚ ਉਹ ਤੋਂ ਜ਼ਿਆਦਾ ਫਰਜ਼ ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦਾ ਬਣਦਾ ਸੀ ਜਿਹਦੇ ਚੁਣੇ ਹੋਏ ਜਿਹਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਲੋਕਾਂ ਦੇ ਹੱਕ ਵਿੱਚ ਅੱਜ ਇੱਕ ਵਾਰੀ ਜਾ ਕੇ ਉਹਨੇ ਉੱਥੇ ਵੇਖਿਆ ਨਹੀਂ ਬੈਠ ਕੇ ਨਹੀਂ ਵੇਖਿਆ ਐਸਾ ਸਾਡੇ ਅਸੀਂ ਐਸੇ ਪ੍ਰਧਾਨ ਮੰਤਰੀ ਐਸੇ ਰਾਜਿਆਂ ਦਾ ਐਸੇ ਸਾਡੇ ਮੁੱਖ ਮੰਤਰੀ ਦਾ ਕੀ ਕਰਨਾ ਜਿਹੜਾ ਦੁੱਖ ਦੇ ਸੁੱਖ ਦੇ 'ਚ ਸਾਡੇ ਨਾਲ ਹੀ ਨਹੀਂ ਖੜ ਸਕਦਾ ਜਿਹੜਾ ਸਟੈਂਡ ਲੈਣ ਦੀ ਜ਼ਰੂਰਤ ਹੀ ਨਹੀਂ ਰੱਖਦਾ ਜਿਹੜਾ ਅੱਜ ਉਹਨਾਂ ਮੋਦੀਆਂ ਦੀ ਬੋਲੀ ਬੋਲ ਰਿਹਾ ਸੋ ਗੱਲ ਇਹ ਹੈ ਵੀ ਸੱਚ ਨੂੰ ਸਮਝਣ ਦੀ ਲੋੜ ਆ ਗੱਲਾਂ ਮੀਡੀਆ ਤੁਸੀਂ ਵੀ ਸਾਡੇ ਵਾਂਗੂ ਪੀੜਤੀ ਹੋ ਤੁਹਾਡੇ ਵੀ ਬਿਜਲੀ ਦੇ ਬਿੱਲ 15-15 ਹਜ਼ਾਰ ਹੀ ਆਉਂਦੇ ਹੋਣੇ ਤੁਹਾਡੇ ਵੀ ਡੀਜ਼ਲ ਉਨਾ ਹੀ ਮਹਿੰਗਾ ਗੱਡੀਆਂ 'ਚ ਪੈਂਦਾ ਤੁਹਾਡੇ ਵੀ ਧੀ ਪੁੱਤ ਨੂੰ ਚੰਗਾ ਫਿਊਚਰ ਚਾਹੀਦਾ ਤੁਹਾਨੂੰ ਵੀ ਹਸਪਤਾਲ ਵਧੀਆ ਚਾਹੀਦੇ ਆ ਸੋ ਚੀਜ਼ਾਂ ਦਿੱਲੀ 'ਚ ਹੋਈਆਂ ਨੇ ਇਹ ਸਾਰੀ ਇਹ ਕੋਈ ਇਹ ਨਹੀਂ ਵੀ ਇੱਥੇ ਗੱਲਾਂ ਕਰ ਰਹੇ ਹਾਂ ਇਹ ਕਲੀਅਰ ਆ ਬਿਜਲੀ ਮੁਫਤ ਆ ਸਭ ਕੁਛ ਮੁਫਤ ਆ ਉਹ ਚੀਜ਼ਾਂ ਇੱਥੇ ਵੀ ਹੋ ਸਕਦੀਆਂ ਸਾਰਾ ਦੁੱਗਣਾ ਹੋ ਸਕਦਾ ਸਾਡਾ ਬਜਟ ਬਹੁਤ ਵੱਡਾ ਸਾਡੇ ਪੰਜਾਬ ਦੀ ਕਮਾਈ ਬਹੁਤ ਇੰਨੀ ਆ ਲੋੜ ਤੋਂ ਜ਼ਿਆਦਾ ਕਮਾਈ ਆ ਸਾਡੇ ਮਾਫੀਆ ਬੰਦ ਹੋ ਜਾਣ ਸਿਸਟਮ ਨਾਲ ਕੰਮ ਹੋਵੇ ਸਭ ਕੁਛ ਹੋ ਸਕਦਾ ਪਰ ਗੱਲ ਇਹ ਵੀ ਸਾਡੇ ਵਾਲਿਆਂ ਦੀ ਨੀਤੀ ਹੈ ਨਹੀਂ ਸਾਡੇ ਵਾਲਿਆਂ ਨੇ ਲੁੱਟਣ ਨੂੰ ਲੱਕ ਬੰਨਿਆ ਹੋਇਆ ਸੁਣੋ ਵਿਰੋਧ ਤਾਂ ਹੁਣ ਜੇ ਆਪਾਂ ਕਹੀਏ ਵੀ ਲੋਕ ਝੰਡੇ ਚੱਕ ਕੇ ਕਿਸਾਨੀ ਦੇ ਖੜੇ ਉਹ ਡਰਾਮੇਬਾਜ਼ੀ ਆ ਵਿਰੋਧ ਤਾਂ ਕਰਨਾ ਜ਼ਰੂਰਤ ਰੱਖਣਾ ਵਿਧਾਨ ਸਭਾ ਦੇ ਵਿੱਚ ਬਿੱਲ ਪਾੜਨਾ ਕੋਈ ਖਾਲਾਂ ਜੀ ਦਾ ਵਾੜਾ ਨਹੀਂ ਹੁੰਦਾ ਇੱਕ ਜਿਹੜੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੇ ਸਾਈਨ ਕੀਤੇ ਹੋਣ ਉਹਦੀਆਂ ਧੱਜੀਆਂ ਉਡਾ ਦੇਣਾ ਮੁੱਖ ਮੰਤਰੀ ਵੱਲੋਂ ਇਹ ਇੱਕ ਨਿਰਾਸ਼ਾ ਦਿਖਾਉਣੀ ਵਿਰੋਧ ਤਾਂ ਕਰਨ ਦਾ ਤਰੀਕਾ ਜਦੋਂ ਅੱਜ ਅਸੀਂ ਨਾਅਰੇ ਲਾਉਂਦੇ ਹਾਂ ਮੋਦੀ ਸਰਕਾਰ ਮੁਰਦਾਬਾਦ ਆਪਾਂ ਕਹੀਏ ਡਰਾਮਾ ਅਸੀਂ ਵਿਰੋਧ ਤਾਂ ਦਿਖਾਵਾਂਗੇ ਸੋ ਜਿੰਨੀ ਵਿਰੋਧ ਤਾਂ ਸਾਡੇ ਵਾਲਾ ਕੈਪਟਨ ਪਾੜ ਕੇ ਵਿਖਾਵੇ ਨਾ ਬਿੱਲ ਉਹਨਾਂ ਵਿਧਾਨ ਸਭਾ 'ਚ ਪਾਸ ਕੀਤਾ ਵੀ ਲਾਗੂ ਨਹੀਂ ਕਰਾਂਗੇ ਦਿੱਲੀ 'ਚ ਖੇਤੀ ਕਾਨੂੰਨ ਲਾਗੂ ਹੈ ਜਾਂ ਨਹੀਂ ਬਿਲਕੁਲ ਨਹੀਂ ਹੈ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਸਬੂਤ ਪੇਸ਼ ਕਰੋ ਵੀ ਉੱਥੇ ਲਾਗੂ ਹੈ।